ਕਾਂਗਰਸ ਪਾਰਟੀ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਐਂਟਰੀ ਹੋ ਸਕਦੀ ਹੈ? ਸਿਮਰਜੀਤ ਸਿੰਘ ਬੈਂਸ ਉਹੀ ਲੀਡਰ ਜਿਹੜੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਉਸ ਨਾਲ ਮੁਤਾਲਿਕ ਨੇ ਔਰ ਲਗਾਤਾਰ ਵਿਵਾਦਾਂ ਦੇ ਵਿੱਚ ਰਹੇ ਨੇ, ਜਿਨ੍ਹਾਂ ਦੇ ਉੱਤੇ ਜਬਰ ਜਿਨ੍ਹਾਂ ਦਾ ਇਲਜ਼ਾਮ ਨੇ, ਜਿਨ੍ਹਾਂ ਦੇ ਉੱਤੇ ਵੱਖ ਵੱਖ ਕਿਸਮ ਦੇ ਇਲਜ਼ਾਮ ਹੁਣ ਤੱਕ ਲਗਾਏ ਜਾ ਚੁੱਕੇ ਨੇ, ਉਹੀ ਸਿਮਰਜੀਤ ਸਿੰਘ ਬੈਂਸ ਜਿਹੜੇ ਲਗਾਤਾਰ ਸੁਰਖੀਆਂ ਬਟੋਰਦੇ ਨਜ਼ਰ ਆਏ ਨੇ, ਉਹ ਹੁਣ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਕਾਂਗਰਸ ਦੇ ਸਿਆਸੀ ਹਾਲਾਤ ਇਸ ਵੇਲੇ ਤਣਾਅਪੂਰਵਕ ਨੇ। ਲੁਧਿਆਣੇ ਤੋਂ ਖਾਸ ਕਰਕੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਛੱਡ ਚੁੱਕੇ ਨੇ, ਯਾਨੀ ਕਿ ਕਾਂਗਰਸ ਪਾਰਟੀ ਨੂੰ ਛੱਡ ਚੁੱਕੇ ਨੇ। ਰਵਨੀਤ ਸਿੰਘ ਬਿੱਟੂ ਜਾ ਚੁੱਕੇ ਨੇ ਭਾਜਪਾ ਦੇ ਵਿੱਚ, ਉੱਥੋਂ MP ਦੀ ਚੋਣ ਲੜ ਰਹੇ ਨੇ, ਪਰ ਦੂਜੇ ਪਾਸੇ ਹੁਣ ਇਹ ਸੀਟ ਸੱਖਣੀ ਹੋ ਗਈ ਸੀ। ਇਸ ਸੀਟ ਦੇ ਉੱਤੇ ਫਿਲਹਾਲ ਵਿਵਾਦ ਹੈ ਔਰ ਚਰਚੇ ਨੇ ਕਿ ਸਿਮਰਜੀਤ ਸਿੰਘ ਬੈਂਸ ਨੂੰ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਆ, ਕਾਂਗਰਸ 'ਚ ਲਿਆ ਕੇ ਇਸ ਸੀਟ 'ਤੇ ਉਤਾਰਿਆ ਜਾ ਸਕਦਾ ਆ। ਸਿਮਰਜੀਤ ਸਿੰਘ ਬੈਂਸ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਛਿੜੀ ਹੋਈ ਹੈ। ਹਾਲਾਂਕਿ ਇਸ ਸੀਟ ਨੂੰ ਲੈ ਕੇ ਭਾਰਤ ਭੂਸ਼ਣ ਆਸ਼ੂ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ। ਭਾਰਤ ਭੂਸ਼ਣ ਆਸ਼ੂ ਵੀ ਇਸ ਸੀਟ ਤੋਂ ਚੋਣ ਲੜ ਸਕਦੇ ਨੇ ਕਿਹਾ ਜਾ ਰਿਹਾ ਸੀ, ਲਗਾਤਾਰ ਚਰਚੇ ਜਿਹੜੇ ਚੱਲਦੇ ਪਏ ਸੀ। ਪਰ ਦੂਜੇ ਪਾਸੇ ਹੁਣ ਸਿਮਰਜੀਤ ਸਿੰਘ ਬੈਂਸ ਦਾ ਨਾਮ ਉੱਭਰਦਾ ਪਿਆ ਆ, ਸਿਮਰਜੀਤ ਸਿੰਘ ਬੈਂਸ ਦਾ ਨਾਮ ਉਭਾਰ ਕੇ ਸਾਹਮਣੇ ਲਿਆਂਦਾ ਜਾ ਰਿਹਾ। ਅੱਜ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਕਾਂਗਰਸ ਪਾਰਟੀ ਦੇ ਵੱਲ ਸਿਮਰਜੀਤ ਸਿੰਘ ਬੈਂਸ ਰੁੱਖ ਕਰ ਰਹੇ ਨੇ ਔਰ ਹੁਣ ਸਿਮਰਜੀਤ ਸਿੰਘ ਬੈਂਸ ਹੋ ਸਕਦਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਲੜਨ। ਖੈਰ, ਜੇ ਗੱਲ ਕਰੀਏ ਸਿਮਰਜੀਤ ਸਿੰਘ ਬੈਂਸ ਦੀ, ਤਾਂ ਸ਼ੁਰੂਆਤ ਇਹਨਾਂ ਨੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਕੀਤੀ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਚਲੇ ਗਏ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਟਿਕਟ ਨਹੀਂ ਮਿਲੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਵਿਵਾਦ ਹੋ ਗਿਆ ਔਰ ਉਸੇ ਵਿਵਾਦ ਨੂੰ ਲੈ ਕੇ ਅੱਗੇ ਉਹਨਾਂ ਨੇ ਆਜ਼ਾਦ ਉਮੀਦਵਾਰੀ ਕੀਤੀ, ਆਜ਼ਾਦ ਚੋਣ ਲੜੀ ਔਰ ਉਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਬਣਾ ਲਈ ਗਈ। ਲੋਕ ਇਨਸਾਫ ਪਾਰਟੀ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ, ਭਾਜਪਾ ਨੂੰ ਅਸਿੱਧੇ ਤੌਰ 'ਤੇ ਸਮਰਥਨ ਦਿੱਤਾ ਗਿਆ, ਪਰ ਹੁਣ ਕਾਂਗਰਸ ਦੇ ਨਾਲ ਜਾ ਰਲੇ ਨੇ। ਯਾਨੀ ਕਿ ਕਹਿ ਸਕਦੇ ਹਾਂ ਕਿ ਹਰ ਪਾਰਟੀ ਦੇ ਵਿੱਚ ਜਾ ਕੇ ਵੇਖ ਆਏ ਨੇ ਸਿੱਧੇ ਅਸਿੱਧੇ ਤੌਰ ਦੇ ਉੱਤੇ ਸਿਮਰਜੀਤ ਸਿੰਘ ਬੈਂਸ, ਜਾਂ ਤਾਂ ਸਮਰਥਨ ਦਿੱਤਾ ਸਿੱਧੇ ਸਿੱਧੇ ਤਰੀਕੇ ਨਾਲ ਜਾਂ ਫਿਰ ਉਸ ਪਾਰਟੀ ਦੇ ਵਿੱਚ ਹੀ ਗਏ ਨੇ। ਸਿਮਰਜੀਤ ਸਿੰਘ ਬੈਂਸ ਨੇ ਘਾਟ ਘਾਟ ਦਾ ਪਾਣੀ ਪੀਤਾ ਕਿਹਾ ਜਾ ਸਕਦਾ ਆ, ਪਰ ਹੁਣ ਸਿਮਰਜੀਤ ਸਿੰਘ ਬੈਂਸ ਕਾਂਗਰਸ ਦੇ ਵਿੱਚ ਆ ਰਲਣ ਲਈ ਤਿਆਰ ਬੈਠੇ ਨੇ। ਹੋ ਸਕਦਾ ਕਿ ਉਹਨਾਂ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਜਾਵੇ। ਸਿਮਰਜੀਤ ਸਿੰਘ ਬੈਂਸ ਦੇ ਸਿਰ ਦੇ ਉੱਤੇ ਲੋਕ ਸਭਾ ਚੋਣ ਲੜ ਸਕਦੀ ਹੈ ਕਾਂਗਰਸ, ਪਰ ਕੀ ਸਿਮਰਜੀਤ ਸਿੰਘ ਬੈਂਸ ਜਿੱਤ ਦਾ ਸਿਹਰਾ ਕਾਂਗਰਸ ਦੇ ਸਿਰ ਸਜਾ ਸਕਣਗੇ ਜਾਂ ਨਹੀਂ, ਇਹ ਸਮਾਂ ਦੱਸੇਗਾ। ਫਿਲਹਾਲ ਸਿਮਰਜੀਤ ਸਿੰਘ ਬੈਂਸ ਨੂੰ ਲੈ ਕੇ ਚਰਚਾਵਾਂ ਨੇ, ਪਰ ਇੱਥੇ ਯਾਦ ਕਰਾ ਦਈਏ ਕਿ ਸਿਮਰਜੀਤ ਸਿੰਘ ਬੈਂਸ ਇੱਕ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਇੱਕ ਇਹੋ ਜਿਹਾ ਦੂਸ਼ਣ ਹੈ ਜਿਹੜਾ ਹੁਣ ਤੱਕ ਉਹਨਾਂ ਨੂੰ ਵਿਵਾਦਾਂ 'ਚ ਫਸਾ ਰਿਹਾ। ਉਹਨਾਂ ਦੇ ਉੱਤੇ ਜਬਰ ਜਿਨ੍ਹਾਂ 'ਤੇ ਬਲਾਤਕਾਰ ਜਿਹਾ ਇਲਜ਼ਾਮ ਹੈ ਜਿਹੜਾ ਅਜੇ ਤੱਕ ਨਹੀਂ ਨਿਬੜਿਆ ਔਰ ਇਸੇ ਨੂੰ ਲੈ ਕੇ ਲੋਕਾਂ ਦੇ ਵਿੱਚ ਉਹਨਾਂ ਦੀ ਛਵੀ, ਸਿਆਸੀ ਪੱਧਰ 'ਤੇ ਉਹਨਾਂ ਦੀ ਛਵੀ ਜਿਹੜੀ ਹੈ ਉਹ ਤਾਂ ਠਾਂ ਜਾਂਦੀ ਰਹਿੰਦੀ ਹੈ। ਪਰ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਭਰੋਸਾ ਦਿਖਾਇਆ ਦੱਸਿਆ ਜਾ ਰਿਹਾ, ਪਰ ਕੀ ਇਹ ਭਰੋਸਾ ਸਿਮਰਜੀਤ ਸਿੰਘ ਬੈਂਸ ਕਾਮਯਾਬ ਰੱਖ ਸਕਣਗੇ, ਕਾਇਮ ਰੱਖ ਸਕਣਗੇ ਜਾਂ ਨਹੀਂ, ਇਹ ਸਮਾਂ ਦੱਸੇਗਾ। ਪਰ ਫਿਲਹਾਲ ਕਾਂਗਰਸ ਪਾਰਟੀ ਦੇ ਬਲ ਦੇ ਉੱਤੇ ਸਿਮਰਜੀਤ ਸਿੰਘ ਬੈਂਸ ਚੋਣ ਲੜ ਸਕਦੇ ਨੇ, ਇਹਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ। ਪਰ ਸਿਮਰਜੀਤ ਸਿੰਘ ਬੈਂਸ ਰਵਨੀਤ ਬਿੱਟੂ ਦੇ ਖਿਲਾਫ ਖੜ ਸਕਣਗੇ ਜਾਂ ਨਹੀਂ, ਇਹ ਵੱਖਰੀ ਗੱਲ ਹੋਵੇਗੀ। ਸਿਮਰਜੀਤ ਸਿੰਘ ਬੈਂਸ ਰਵਨੀਤ ਬਿੱਟੂ ਦਾ ਸਾਹਮਣਾ ਕਰ ਸਕਣਗੇ ਜਾਂ ਨਹੀਂ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋਵੇਗੀ। ਹਾਲੇ ਤੱਕ ਭਾਰਤ ਭੂਸ਼ਣ ਆਸ਼ੂ ਦਾ ਨਾਮ ਚੱਲ ਰਿਹਾ ਸੀ, ਪਰ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਕਾਂਗਰਸ ਨੂੰ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ। ਭਾਰਤ ਭੂਸ਼ਣ ਆਸ਼ੂ ਜਾਂ ਫਿਰ ਕੋਈ ਹੋਰ ਕਾਂਗਰਸ ਲੀਡਰ ਜਿਹੜਾ ਕਾਂਗਰਸ ਦਾ ਟਕਸਾਲੀ ਲੀਡਰ ਹੈਗਾ, ਉਸ ਦੇ ਉੱਤੇ ਕਾਂਗਰਸ ਪਾਰਟੀ ਨੂੰ ਪੂਰਾ ਵਿਸ਼ਵਾਸ ਨਹੀਂ ਰਿਹਾ ਕਿ ਹੁਣ ਇੱਥੇ ਲੀਡਰ ਬਾਹਰੋਂ ਮੰਗਵਾਇਆ ਜਾ ਰਿਹਾ। ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ। ਫਿਲਹਾਲ ਇਹਨਾਂ ਸਵਾਲਾਂ ਨੂੰ ਲੈ ਕੇ ਜੋ ਚੀਜ਼ ਸਾਹਮਣੇ ਆਉਂਦੀ ਹੈ ਆਉਂਦੇ ਸਮੇਂ ਨੂੰ ਉਹ ਦੱਸਦੇ ਰਹਾਂਗੇ। ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।